ਸਾਡੇ ਸਕੂਲ ਦੇ 5 ਸਟੂਡੈਂਟ ਵਿੱਚੋਂ 3 ਗੋਲਡ ਮੈਡਲ ਤੇ 2 ਸਿਲਵਰ ਮੈਡਲ ਲੈ ਕੇ ਆਏ। ਬਹੁਤ ਖੁਸ਼ੀ ਹੋ ਰਹੀ ਹੈ ਵੀ ਮੇਰੇ ਤੇ ਪ੍ਰਾਊਡ ਫੀਲ ਕਰਦੇ ਪਏ ਨੇ ਕਿ ਅੱਜ ਉਹਨਾਂ ਦੀ ਪਿੰਡ ਦੀ ਕੁੜੀ ਇੱਕ ਗੋਲਡ ਮੈਡਲ ਲੈ ਕੇ ਆਈ ਹੈ। ਪਾਲਜੀ ਤੁਹਾਡੀ ਬੇਟੀ ਗੋਲਡ ਮੈਡਲ ਜਿੱਤ ਕੇ ਆਈ ਹੈਗੀ ਆ, ਅੱਜ ਸਵਾਗਤ ਕਰਿਆ, ਕਿਤਨਾ ਮਹਿਸੂਸ ਹੋ ਰਿਹਾ? ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ, ਬਹੁਤ ਖੁਸ਼ੀ ਹੈ, ਪੂਰੇ ਪਿੰਡ ਨੂੰ ਖੁਸ਼ੀ ਹੈ ਜੀ, ਇਸ ਕਰਕੇ ਪਿੰਡ ਨਾਲ ਖੜਾ ਸਾਡੇ ਤੇ ਬਾਕੀ ਸਪੋਰਟ ਹੈ ਜੀ ਪੂਰੀ ਬੱਚੇ ਨੂੰ ਸਾਡੇ ਵੱਲੋਂ। ਮੇਰਾ ਨਾਮ ਹਸਨਪ੍ਰੀਤ ਕੌਰ ਹੈ, ਮੈਂ ਸੈਂਟ ਜ਼ੇਵੀਅਰ ਇੰਟਰਨੈਸ਼ਨਲ ਸਕੂਲ ਚ ਪੜ੍ਹਦੀ ਹਾਂ, ਪਲੱਸ 1 ਕਲਾਸ। ਬੀਤੇ ਦਿਨ ਮੈਂ ਗੋਆ ਕੈਲਿੰਗੇਟ ਪਲੇਸ ਤੇ ਗਈ ਸੀ, ਉੱਥੇ YSPA ਯੂਥ ਵੱਲੋਂ ਨੈਸ਼ਨਲ ਫੈਡਰੇਸ਼ਨ ਕੱਪ ਹੋਇਆ ਸੀ। ਉੱਥੇ ਕਾਫੀ ਟੀਮ ਸੀ, ਕਾਫੀ ਗੇਮਸ ਵੀ ਸੀ, ਸਾਡੀ ਗੇਮ ਟਾਈਕੋਂਡੋ ਸੀ ਤੇ ਸਾਡੇ ਸਕੂਲ ਦੇ 5 ਸਟੂਡੈਂਟ ਵਿੱਚੋਂ 3 ਗੋਲਡ ਮੈਡਲ ਤੇ 2 ਸਿਲਵਰ ਮੈਡਲ ਲੈ ਕੇ ਆਏ। ਕਿਸ ਤਰ੍ਹਾਂ ਦਾ ਅੱਜ ਤੁਸੀਂ ਘਰ ਆਏ ਹੋ, ਕਿਸ ਤਰ੍ਹਾਂ ਦਾ ਸਵਾਗਤ ਤੁਹਾਡਾ ਹੋਇਆ, ਕਿਸ ਤਰ੍ਹਾਂ ਮਹਿਸੂਸ ਕਰੋਗੇ? ਕਾਫੀ ਪ੍ਰਾਊਡ ਫੀਲ ਹੁੰਦਾ ਪਿਆ ਜੀ, ਪੇਰੈਂਟਸ ਨੂੰ ਵੀ ਹੋ ਰਿਹਾ, ਟੀਚਰਸ ਨੂੰ ਵੀ, ਸਾਰੇ ਪਿੰਡ ਵਾਲਿਆਂ ਨੂੰ ਕਾਫੀ ਪ੍ਰਾਊਡ ਫੀਲ ਹੋ ਰਿਹਾ। ਐਵੇਂ ਹੀ ਮਿਹਨਤ ਕਰਕੇ ਅੱਗੇ ਜਾਵਾਂਗੇ, ਸਾਰਿਆਂ ਨੂੰ ਇੱਦਾਂ ਪ੍ਰਾਊਡ ਫੀਲ ਕਰਾਵਾਂਗੇ। ਕੀ ਲੱਗਦਾ ਤੁਹਾਨੂੰ, ਐਕਸਪੀਰੀਅੰਸ ਕਿਸ ਤਰ੍ਹਾਂ ਦਾ ਰਿਹਾ? ਐਕਸਪੀਰੀਅੰਸ ਹਰ ਇੱਕ ਨਵੀਂ ਜਗ੍ਹਾ ਜਾ ਕੇ ਇੱਕ ਨਵਾਂ ਐਕਸਪੀਰੀਅੰਸ ਮਿਲਦਾ ਹੈ। ਇੱਥੇ ਵੀ ਐਕਸਪੀਰੀਅੰਸ, ਟ੍ਰੇਨ ਸੀ, ਡਿਫਿਕਲਟ ਮੈਚ ਸੀਗੇ ਸਾਰੇ, ਇੱਕ ਵਧੀਆ ਐਕਸਪੀਰੀਅੰਸ ਮਿਲਿਆ। ਹਾਂਜੀ, ਤਾਂ ਤੁਹਾਡੇ ਕੋਚ ਸਹਿਬਾਨਾਂ ਨੇ ਕਿਸ ਤਰ੍ਹਾਂ ਨਾਲ ਤੁਹਾਨੂੰ ਗਾਈਡ ਕੀਤਾ ਔਰ ਕਿਸ ਤਰ੍ਹਾਂ ਨਾਲ ਤੁਹਾਨੂੰ ਹੈਲਪ ਕੀਤਾ? ਉਹਨਾਂ ਨੇ ਬਹੁਤ ਵਧੀਆ ਗਾਈਡ ਕੀਤਾ ਜੀ, ਉਹ ਵਧੀਆ ਗਾਈਡ ਕਰਦੇ ਨੇ, ਵਧੀਆ ਟੀਚਿੰਗ ਦਿੰਦੇ ਨੇ ਸਾਨੂੰ, ਤਾਂ ਹੀ ਅੱਜ ਅਸੀਂ ਇੱਕ ਨੈਸ਼ਨਲ ਗੋਲਡ ਮੈਡਲਿਸਟ ਪਲੇਅਰ ਹਾਂ। ਕੀ ਲੱਗਦਾ ਤੁਹਾਨੂੰ, ਸਰਕਾਰ ਦਾ ਵੀ ਯੋਗਦਾਨ ਲਿਆ ਕੋਈ, ਜਾਂ ਤੁਹਾਨੂੰ ਕੁਝ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦੇ ਹੋ, ਤੁਸੀਂ ਕੋਈ ਇਸ ਤਰ੍ਹਾਂ ਦੇ ਵਿਚਾਰ ਤੁਹਾਨੂੰ ਮੁਹੱਈਆ ਕਰਵਾਉਣੇ ਚਾਹੀਦੇ ਨੇ ਤਾਂ ਜੋ ਅੱਗੇ ਵੀ ਇਸ ਤਰ੍ਹਾਂ ਦੇ ਹਾਸਲ ਕਰਦੇ ਰਹੋ ਉਹਨਾਂ ਨੂੰ? ਹਾਂਜੀ, ਗਵਰਨਮੈਂਟ ਨੂੰ ਵੀ ਕੋਚ ਪ੍ਰੋਵਾਈਡ ਕਰਨੇ ਚਾਹੀਦੇ ਨੇ, ਬੱਚਿਆਂ ਦੀ ਫਾਈਨੈਂਸ਼ਲੀ ਹੈਲਪ ਕਰਨੀ ਚਾਹੀਦੀ ਹੈ ਤਾਂ ਕਿ ਉਹ ਹੋਰ ਅੱਗੇ ਜਾ ਸਕਣ। ਅੱਜ ਪਿੰਡ ਵਾਲਿਆਂ ਨੂੰ ਨਾਲ ਦੇਖ ਕੇ ਕਿੰਨੀ ਖੁਸ਼ੀ ਹੋ ਰਹੀ ਹੈ? ਬਹੁਤ ਖੁਸ਼ੀ ਹੋ ਰਹੀ ਹੈ, ਉਹ ਵੀ ਮੇਰੇ ਤੇ ਪ੍ਰਾਊਡ ਫੀਲ ਕਰਦੇ ਪਏ ਨੇ ਕਿ ਅੱਜ ਉਹਨਾਂ ਦੀ ਪਿੰਡ ਦੀ ਕੁੜੀ ਇੱਕ ਗੋਲਡ ਮੈਡਲ ਲੈ ਕੇ ਆਈ ਹੈ। ਅੱਗੇ ਕੀ ਏਮ ਕੀ ਹੈ ਤੁਹਾਡਾ? ਮੈਂ ਏਮ ਓਲੰਪਿਕ ਕਰਨਾ, ਏਸ਼ੀਅਨ ਗੇਮਸ ਚ ਜਾਣਾ ਹੈ। ਅੱਗੇ ਕੀ ਨਾਮ ਹੈ ਜੀ? ਨਾਮ ਜਸਪਾਲ ਸਿੰਘ ਹੈ ਜੀ। ਜਸਪਾਲ ਜੀ, ਤੁਹਾਡੀ ਬੇਟੀ ਗੋਲਡ ਮੈਡਲ ਜਿੱਤ ਕੇ ਆਈ ਹੈਗੀ ਆ, ਅੱਜ ਸਵਾਗਤ ਕਰਿਆ, ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ? ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ, ਬਹੁਤ ਖੁਸ਼ੀ ਹੈ, ਪੂਰੇ ਪਿੰਡ ਨੂੰ ਖੁਸ਼ੀ ਹੈ ਜੀ, ਇਸ ਕਰਕੇ ਪਿੰਡ ਨਾਲ ਖੜਾ ਸਾਡੇ ਤੇ ਬਾਕੀ ਸਪੋਰਟ ਹੈ ਜੀ ਪੂਰੀ ਬੱਚੇ ਨੂੰ ਸਾਡੇ ਵੱਲੋਂ ਜੀ। ਜਦੋਂ ਪਹਿਲਾਂ ਸਮਾਂ ਹੁੰਦਾ ਸੀ ਜੀ, ਪਹਿਲਾਂ ਕਿਹਾ ਜਾਂਦਾ ਸੀ ਕਿ ਬੱਚਿਆਂ ਨੂੰ ਬਾਹਰ ਨਹੀਂ ਕੱਢਿਆ ਜਾਂਦਾ ਸੀ ਘਰ ਤੋਂ, ਕੀ ਲੱਗਦਾ ਹੁਣ ਜਦੋਂ ਇਸ ਤਰ੍ਹਾਂ ਦੇ ਮਾਣ ਮਹਿਸੂਸ ਹੁੰਦਾ ਬੱਚਿਆਂ ਦੇ ਉੱਪਰ, ਜਦੋਂ ਫਿਰ ਉੱਚਾ ਕਰਦੇ ਨੇ? ਹਾਂਜੀ ਹਾਂ, ਬਹੁਤ ਮਾਣ ਹੁੰਦਾ ਜੀ ਬੱਚਿਆਂ ਤੇ, ਬੱਚੇ ਵਧੀਆ ਮੈਡਲ ਹਾਸਲ ਕਰਕੇ ਲਿਆਉਂਦੇ ਨੇ ਜੀ, ਇੱਜ਼ਤ ਆਪਣੀ ਵੀ ਬਣਦੀ ਹੈ, ਆਪਣੇ ਪਰਿਵਾਰ ਦੀ ਬਣਦੀ ਹੈ, ਪਿੰਡ ਦੀ ਬਣਦੀ ਹੈ ਜੀ, ਆਪਣੇ ਸ਼ਹਿਰ ਦੜਬੇ ਦੀ ਬਣਦੀ ਹੈ ਜੀ, ਇਸੇ ਕਰਕੇ ਜੀ। ਸਰਕਾਰ ਨੂੰ ਕੀ ਕਹਿਣਾ? ਸਰਕਾਰ ਨੂੰ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਜੀ, ਬੱਚਿਆਂ ਦੀ ਗੇਮ ਵੱਲ ਵੱਧ ਤੋਂ ਵੱਧ ਧਿਆਨ ਦੇਣ, ਵੱਧ ਤੋਂ ਵੱਧ ਕੋਚ ਪੈਦਾ ਕਰਨ, ਜੋ ਬੱਚੇ ਨੂੰ ਅੱਗੇ ਲੈ ਕੇ ਜਾਣ, ਬੱਚੇ ਨਸ਼ਿਆਂ ਤੋਂ ਦੂਰ ਰਹਿਣ। ਕੀ ਲੱਗਦਾ ਕਿ ਜਦੋਂ ਬੱਚੇ ਕਾਬਲ ਹੋ ਜਾਂਦੇ ਤਾਂ ਉਹਨਾਂ ਨੂੰ ਨੌਕਰੀ ਵੀ ਸਰਕਾਰ ਨੂੰ ਦੇਣੀ ਚਾਹੀਦੀ? ਨੌਕਰੀ ਸਰਕਾਰ ਨੂੰ ਦੇਣੀ ਚਾਹੀਦੀ ਹੈ ਜੀ, ਜਦੋਂ ਬੱਚੇ ਖੇਡਦੇ ਆ, ਗੋਲਡ ਮੈਡਲ ਲੈ ਕੇ ਆਉਂਦੇ ਆ, ਸਰਕਾਰਾਂ ਦਾ ਫਰਜ਼ ਬਣਦਾ ਜੀ ਬੱਚਿਆਂ ਨੂੰ ਅੱਗੇ ਆਪਾਂ ਕੋਈ ਵਧੀਆ ਜੋਬ ਦੇ ਕੇ ਵਧੀਆ ਚੰਗੇ ਲੈਵਲ ਤੇ ਬੱਚਿਆਂ ਨੂੰ ਹਾਸਲ ਕਰੀਏ ਜੀ। ਸਰ, ਮੇਰਾ ਨਾਮ ਇੰਦਰ ਕੁਮਾਰ ਹੈ ਔਰ ਮੈਂ ਸੈਂਟ ਜ਼ੇਵੀਅਰ ਇੰਟਰਨੈਸ਼ਨਲ ਸਕੂਲ ਮੈਂ ਟਾਈ ਕੋਚ ਕੇ ਰੂਮ ਕਰ ਰਹਾ ਹੂੰ। ਕਿਤੇ ਗੇਮ ਹੋਈ ਸੀ ਜੀ ਔਰ ਕਿਹੜੇ ਬੱਚੇ ਤੁਹਾਡੇ ਕਿਹੜੇ ਕਿਹੜੇ ਮਜ਼ੇ ਹੋਏ ਜਿਹੜੇ ਹੱਥ ਕਰਕੇ ਆਏ? ਇਹ ਜੋ ਗੇਮਸ ਹੋਈ ਸੀ ਇਹ ਗੋਆ ਕੇ ਕੈਲਨ ਗਿਊਟੋ ਸ਼ਹਿਰ ਮੇਂ ਹੋਈ ਸੀ, YSPA ਕੀ ਤਰਫ ਸੇ ਆਲ ਗੇਮਸ ਨੈਸ਼ਨਲ ਫੈਡਰੇਸ਼ਨ ਕੱਪ ਹੁਆ ਥਾ ਸਰ, ਜਿਸ ਮੇਂ ਪੂਰੇ ਭਾਰਤ ਸੇ ਖਿਲਾੜੀਓਂ ਨੇ ਭਾਗ ਲਿਆ ਥਾ ਔਰ ਹਮਾਰੇ ਸਕੂਲ ਕੇ 5 ਸਟੂਡੈਂਟਸ ਗਏ ਥੇ ਜੋ ਕਿ ਅੱਛਾ ਪ੍ਰਦਰਸ਼ਨ ਕਰਕੇ 5 ਗੋਲਡ ਔਰ 2 ਸਿਲਵਰ ਲੈ ਕੇ ਆਏ। ਔਰ ਵੀ ਬੱਚੇ ਤੁਸੀਂ ਹਮਾਰੇ ਪੰਜਾਬ? ਯਾ ਸਰ, ਕਮ ਸੇ ਕਮ ਵੀ ਪੂਰੇ ਪੰਜਾਬ ਸੇ 150 ਬੱਚਾ ਗਿਆ ਥਾ ਅਲੱਗ ਅਲੱਗ ਗੇਮਸ ਮੇਂ। ਤੋ ਆਪਣੇ ਇਸ ਜ਼ਿਲ੍ਹੇ ਕੇ ਬੱਚੋਂ ਕੀ ਬਾਤ ਕਰੇ ਤੋ ਕਿਤਨੇ ਬੱਚੇ ਗੋਲਡ ਮੈਡਲ ਲੈ ਕੇ? ਅਗਰ ਹਮ ਯਹਾਂ ਕੀ ਬਾਤ ਕੀ ਜਾਏ ਤੋ ਸਰ, ਯਹਾਂ ਸੇ 3 ਗੋਲਡ 2 ਸਿਲਵਰ ਆਏ। ਬੱਚੋਂ ਕਾ ਐਕਸਪੀਰੀਅੰਸ ਕੈਸਾ ਰਹਾ? ਬੱਚੋਂ ਕਾ ਸਰ ਐਕਸਪੀਰੀਅੰਸ, ਜੈਸੇ ਵੋ ਆਗੇ ਕੰਪਟੀਸ਼ਨ ਖੇਲਤੇ ਹੈ ਸਰ, ਉਨਕਾ ਐਕਸਪੀਰੀਅੰਸ ਬੜਤਾ ਹੀ ਜਾ ਰਹਾ ਹੈ, ਅੱਛਾ ਰਹਾ ਵਹਾਂ ਪੇ ਜਾ ਕੇ ਕੰਪਟੀਸ਼ਨ ਖੇਲ ਕੇ ਇਨਕੋ ਐਕਸਪੀਰੀਅੰਸ ਅੱਛਾ ਮਿਲਾ। ਜਿੱਦਾਂ ਤੁਸੀਂ ਇਹਨਾਂ ਨੂੰ ਕੋਚਿੰਗ ਦਿੰਦੇ ਹੋ, ਤੁਹਾਨੂੰ ਕੋਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਾਂ ਕੋਈ ਸਰਕਾਰ ਤੋਂ ਤੁਸੀਂ ਮੰਗ ਕਰਦੇ ਹੋ? ਸਰ, ਕਰਨਾ ਪੜਤਾ ਹੈ, ਕਈ ਵਾਰ ਬੱਚੇ ਕੁਛ ਬੱਚੇ ਐਸੇ ਜੋ ਫਾਈਨੈਂਸ਼ਲੀ ਨਹੀਂ ਜਾ ਸਕਦੇ, ਤੋ ਉਨਕੇ ਲਈ ਗੁਜ਼ਾਰਿਸ਼ ਹੈ ਸਰਕਾਰ ਸੇ ਕਿ ਉਨਕੇ ਲਈ ਕੁਛ ਕੀਆ ਜਾਏ, ਜੋ ਬੱਚੇ ਆਗੇ ਨਹੀਂ ਜਾ ਸਕਦੇ। ਸਰ, ਸਰਕਾਰ ਨੇ ਇੱਕ ਐਲਾਨ ਕੀਤਾ ਕਿ 8 ਲੱਖ ਰੁਪਏ ਬੱਚੇ ਨੂੰ ਪਹਿਲਾਂ ਦਿੱਤਾ ਜਾਵੇਗਾ ਜਿਹੜਾ ਬੱਚਾ ਖੇਡਣ ਜਾਂਦਾ ਹੈ, ਕਿ ਉਹ ਵੀ ਤੁਹਾਨੂੰ ਵੀ ਇਸ ਕੈਟਾਗਰੀ ਦੇ ਵਿੱਚ ਰੱਖਿਆ ਜਾਂਦਾ? ਸਰ, ਅਭੀ ਨਹੀਂ, ਲੇਕਿਨ ਆਗੇ ਕੇ ਲਈ ਸ਼ਾਇਦ ਇਹ ਪਾਲਿਸੀ ਮੇਂ ਆ ਜਾਏਗੀ, ਤੋ ਤਬ ਕਹਿ ਸਕਦੇ ਹਮ ਕੁਛ। ਹਾਂਜੀ, ਤੁਸੀਂ ਕਿਵੇਂ ਦੇਖਦੇ ਹੋ ਤੁਹਾਡੇ ਪਿੰਡ ਦੀ ਬੱਚੀ ਜਿਹੜੀ ਹੈਗੀ ਆ ਇਸ ਵਾਰ ਫਿਰ ਗੋਲਡ ਮੈਡਲ ਲੈ ਕੇ ਆਈ ਹੈ,
और किस तरह का भरमा स्वागत जिहड़ा पिंड वासियों वल्लों कीता जा रहा है? बहुत खुशी हो रही है जी सानू, एक नहीं पहला भी गोल्ड लैके आई है गुड़िया, तो बहुत चंगा लग रहा जी सानू, सारे पिंड नूं चंगा लग रहा, साडे एरिए दा नाम रोशन कीता जी। किस तरह स्वागत कीता बच्ची दा? बहुत वधिया ढोल ढमके नाल स्वागत कीता जी, तो अगे भी करते रहेंगे, सानू बच्चों पर माण बहुत है जी, साडे बच्चे अगे भी मैडल लैके आउणगे। ਸਾਡੇ ਪਿੰਡ ਦੇ ਵਿੱਚ ਪਹਿਲਾਂ ਵੀ ਕੁਝ ਬੱਚੇ ਸੀਗੇ ਜਿਹੜੇ ਮੈਡਲ ਲੈ ਕੇ ਆਉਂਦੇ ਰਹੇ ਨੇ ਜਾਂ ਫਿਰ ਪਹਿਲਾਂ ਬੱਚਾ ਹੈ ਜਿਹਨੇ ਮੈਡਲ ਲੈ ਕੇ ਆਉਂਦਾ? ਇਹ ਸਾਡੇ ਪਿੰਡ ਦੇ ਵਿੱਚ ਪਹਿਲਾਂ ਬੱਚਾ ਹੈ ਜੀ ਜਿਹਨੇ ਮੈਡਲ ਲਿਆਂਦਾ। ਕੀ ਪਿੰਡ ਵਾਸੀ